ਅਸੀਂ ਆਪਣੇ ਵੱਲੋਂ ਕਿਸਾਨਾਂ ਦੀ ਹੈਲਪ ਕਰ ਰਹੇ ਹਾਂ, ਥੋੜ੍ਹੀ ਜੀ, ਬਹੁਤ ਛੋਟੀ ਜੀ ਹੈਲਪ ਕਰ ਰਹੇ ਹਾਂ, ਕਿਉਂਕਿ ਸਾਡਾ ਬੁਟੀਕ ਸੀ, ਅਸੀਂ ਆਪਣੇ ਅਕੋਰਡਿੰਗ ਸੋਚ ਕੇ ਕਿ ਅਸੀਂ ਕੀ ਕਰ ਸਕਦੇ ਹਾਂ, ਤਾਂ ਅਸੀਂ ਇੱਕ ਸ਼ਹਿਰੇ ਬਣਾਉਣ ਦੀ ਉਪਰਾਲਾ ਲਿੱਤਾ। 1000-1200 ਤੱਕ ਤਾਂ ਬਣ ਚੁੱਕੇ ਨੇ ਕਛਹਿਰੇ, ਬਾਕੀ ਹੋਰ ਜਿੱਦਾਂ ਜਿੱਦਾਂ ਸੇਵਾ ਸਾਨੂੰ ਪਤਾ ਲੱਗੇਗਾ ਕਿ ਉੱਥੇ ਜ਼ਰੂਰਤ ਹੈ ਇਸ ਚੀਜ਼ ਦੀ, ਤਾਂ ਅਸੀਂ ਹੋਰ ਵੀ ਆਪਣੇ ਵੱਲੋਂ ਬਣਾ ਕੇ ਭੇਜ ਕਿਸਾਨਾਂ ਦੀ। ਅਸੀਂ ਹੁਣ ਵਟਸਐਪ 'ਤੇ ਦੇਖੀਦਾ, ਫੇਸਬੁੱਕ 'ਤੇ, ਮਤਲਬ ਬਹੁਤ ਵਾਰੀ ਦੇਖੀਦੇ ਆ, ਵੀਡੀਓਜ਼ ਆ ਰਹੀਆਂ ਨੇ ਕਿ ਕਿਸਾਨ ਆਪਣੇ ਬੱਚੇ ਫੈਮਲੀਆਂ ਲੈ ਕੇ, ਅੱਛੇ ਅੱਛੇ ਛੋਟੇ ਛੋਟੇ ਬੱਚੇ ਲੈ ਕੇ ਆਪਣੇ ਬੈਠੇ ਨੇ ਉੱਥੇ। ਬਹੁਤ ਔਖਾ ਹੈ ਸਰਦੀ ਦੇ ਵਿੱਚ ਕਰਨਾ, ਕਿਸਾਨਾਂ ਲਈ ਲੜਨਾ ਸਾਨੂੰ ਚਾਹੀਦਾ, ਸਾਨੂੰ ਵੀ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਦੀ ਹੈਲਪ ਕਰਨੀ ਚਾਹੀਦੀ। ਅਸੀਂ ਸੋਚ ਕੇ ਫਿਰ ਕੱਪੜਾ ਮਾਰਕੀਟ 'ਚੋਂ ਲੈ ਕੇ ਅਸੀਂ ਆਪ ਹੀ ਬਣਾਈਦਾ, ਕਾਰੀਗਰ ਵੀ ਹੈਲਪ ਕਰ ਰਹੇ ਆ, ਸਾਡੀ ਪੂਰਾ ਸਾਰਾ ਸਟਾਫ ਸਾਡਾ ਹੈਲਪ ਕਰ ਰਿਹਾ ਜੀ, ਦੇ ਰਹੇ ਆ, ਜਿੱਦਾਂ ਜਿੱਦਾਂ ਕਿਸੇ ਸਭ ਨੂੰ ਪਤਾ ਲੱਗ ਰਿਹਾ ਕਿ ਉਹ ਕਰ ਰਹੇ ਨੇ, ਤਾਂ ਕਾਫੀ ਸੰਪਰਕ ਸਾਡੇ, ਮਤਲਬ ਸਾਨੂੰ ਫੋਨ ਆ ਰਿਹਾ ਕਿ ਤੁਸੀਂ ਜੋ ਕੀਤਾ ਅੱਛਾ ਕੀਤਾ, ਸਾਨੂੰ ਵੀ ਸੇਵਾ ਦਾ ਮੌਕਾ ਦਿਓ। ਦੇਖ ਕੇ ਸਾਨੂੰ ਵੀ ਅੱਛਾ ਲੱਗਦਾ ਕਿ ਹਾਂ ਵੀ ਕਿਸਾਨਾਂ ਦੀ ਹੈਲਪ ਕੀਤੀ ਜਾ ਰਹੀ ਹੈ। ਅਸੀਂ ਆਪ ਵੀ ਜਾਈਦਾ, ਸਾਡਾ ਸਟਾਫ ਵੀ ਇਕੱਠੇ ਹੋ ਕੇ ਅਸੀਂ ਨਾਲ ਜਾਂਦੇ ਹਾਂ ਸਾਰੇ। ਸਾਨੂੰ ਮੇਰਾ ਬੇਟਾ ਉੱਥੇ ਜਾ ਕੇ ਆਇਆ, ਸਾਡੇ ਹੋਰ ਨੇਬਰਸ ਗਏ, ਅਸੀਂ ਰੋਜ਼ ਟੀਵੀ 'ਤੇ ਦੇਖਦੇ ਹਾਂ, ਦਿਨ 'ਚ ਘੱਟੋ ਘੱਟ 50 ਵਾਰ ਅਸੀਂ ਵਟਸਐਪ ਖੋਲ੍ਹਦੇ ਹਾਂ, ਜਦੋਂ ਦੇਖਦੇ ਹਾਂ ਨਵੀਂ ਖਬਰ ਸੁਣਨ ਨੂੰ ਮਿਲਦੀ ਹੈ, ਅਤੇ ਉੱਥੋਂ ਅਸੀਂ ਲਗਾਇਆ ਵੀ ਅਸੀਂ ਕੰਮ ਕਾਰ ਸਾਡੇ ਬਿਲਕੁਲ ਬੰਦ ਪਏ ਸੀ, ਕੋਈ ਕੰਮ ਨਹੀਂ ਸੀ ਆ ਰਿਹਾ, ਕਿਉਂਕਿ ਜਦੋਂ ਦਾ ਇਹ ਚੱਲ ਰਿਹਾ ਉਦੋਂ ਦੇ ਅਸੀਂ ਵਿਹਲੇ ਸੀ, ਅਤੇ ਅਸੀਂ ਸੋਚਿਆ ਕਿਉਂ ਨਾ ਅਸੀਂ ਇਸ ਸੇਵਾ 'ਚ ਲੱਗ ਜਾਈਏ, ਅਤੇ ਇਸ ਕਰਕੇ ਅਸੀਂ ਇਹ ਸੋਚਿਆ ਕਿ ਅਸੀਂ ਸੇਵਾ ਕਰੀਏ ਅਤੇ ਸ਼ਾਇਦ ਕੋਈ ਸਾਨੂੰ ਲੱਗੇ। ਜਿਹੜੀ ਕਿਸਾਨਾਂ ਨੂੰ ਲੋੜ ਹੁੰਦੀ ਹੈ, ਇਸ ਕਰਕੇ ਆਇਆ ਕਿਉਂਕਿ ਜਦੋਂ ਦਾ ਅਸੀਂ ਇਹ ਜਿੰਨੇ ਵੀ ਦੇਖੇ ਨੇ ਉਹਦੇ ਵਿੱਚ ਸਾਨੂੰ ਕੋਈ ਇਹ ਨਹੀਂ ਸੀ ਨਜ਼ਰ ਆਇਆ ਕਿ ਕੋਈ ਕਛਹਿਰੇ ਦੇ ਰਿਹਾ, ਕਿਉਂਕਿ ਅੰਡਰਗਾਰਮੈਂਟਸ ਜਿਹੜੇ ਵੀ ਨੇ ਉਹ ਰੈਡੀਮੇਡ ਤਾਂ ਬਾਜ਼ਾਰੋਂ ਕਾਫੀ ਮਿਲ ਜਾਂਦੇ ਨੇ, ਇਹ ਹੱਥ ਨਾਲ ਕੰਮ ਕਰਕੇ ਸੀਨ, ਤਾਂ ਇਹ ਹਰ ਇੱਕ ਦੇ ਵਾਸਤਾ ਨਹੀਂ ਸੀ, ਤਾਂ ਸਾਨੂੰ ਲੱਗਿਆ ਸਾਨੂੰ ਇਹਦੀ ਨੌਲੇਜ ਹੈ ਅਤੇ ਕਿਉਂ ਨਾ ਅਸੀਂ ਇਹਦੀ ਹੈਲਪ ਕਰੀਏ ਜੋ ਉੱਥੇ ਨਹੀਂ ਪਹੁੰਚ ਸਕਦਾ। ਬਾਕੀ ਮੈਡੀਸਨ ਖਾਣ ਦਾ ਲੰਗਰ ਉਹ ਤਾਂ ਅਟੁੱਟ ਵੱਟ ਰਿਹਾ, ਸਾਨੂੰ ਪਤਾ ਹੈ, ਕਿਉਂਕਿ ਤੇ ਸਿੱਖਾਂ ਦੇ ਸਭ ਤੋਂ ਪਹਿਲੇ ਲੰਗਰ ਤਾਂ ਸਭ ਤੋਂ ਪਹਿਲੇ ਪਹੁੰਚਦਾ ਉੱਥੇ, ਇਹ ਚੀਜ਼ਾਂ ਦੀ ਥੋੜ੍ਹੀ ਘਾਟ ਲੱਗੀ ਅਤੇ ਅਸੀਂ ਪਲੈਨ ਬਣਾਇਆ ਕਿ ਅਸੀਂ ਇਹੀ ਸੇਵਾ ਕਰੀਏ।